मेरा पेट थोड़ा वड्डा है, मेरा थोड़ा भी छोटा सी। कैनेडा तो अमेरिका जो लोग आन के इलाज डॉक्टर साहब को इतने करवा दे, हजारा लोग आते हैं, हजारा लोग इतने फायदे लैके जाते हैं। जो जो बंदा आता है वो ठीक शफा लैके जाए, इतों किसी को कोई मसला नहीं। बीबिया भैन साड़ियाँ आदि हैं, सोच तो चंगा काम हो गया। असं डरते हैं कि ऑपरेशन कराया और कि तकलीफ होगी या कोई मसला मसायल बनेगा। ना बंदा बेहोश हों, ना बंदे तकलीफ होंगी, ना बंदे पता ही लगता है। उन्हें रात कराया तो रात 3 बजे वापस चल गई अपने घर। अल्लाह पाक उन्होंने अपने घर तंदुरुस्त तो बिल्कुल ठीक हो गए। अच्छा, लोग मनु कहते भी होना फैसलाबाद चक चुमरा जनाब उतो आए ने। इन्होंने आके डॉक्टर साहब को अपना पेट छोटा कराया है। हम यकीन इन्होंने वापसी है, लेकिन असं चाहते हैं कि इन्होंने 2-4 मिनट गल की जाए। अस्सलाम वालेकुम। वालेकुम ਤੁਹਾਡੀ ਐਡ ਵੇਖ ਕੇ ਆਏ ਸਾਂ ਤੇ ਡਾਕਟਰ ਸਾਹਿਬ ਦਾ ਟਾਈਮ ਬਣਾ ਕੇ ਗਏ ਸਾਂ ਤੇ ਅੱਜ ਰਾਤੀ ਅਸੀਂ ਆਏ ਤੇ ਰਾਤੀ ਸਾਡਾ ਅਪਰੇਟ ਹੋ ਗਿਆ। ਮਾਸ਼ਾਅੱਲਾ ਡਾਕਟਰ ਸਾਹਿਬ ਬਹੁਤ ਅੱਛੇ ਨੇ, ਜਿਹੜੀ ਗੱਲ ਕੀਤੀ ਹੈ ਭਾਈ ਵਰਿਆਂ ਬਿਲਕੁਲ ਇਹਨਾਂ ਦੀ ਐਡ ਜਿਹੜੀ ਸੱਚੀ ਹੈ, ਕੋਈ ਝੂਠ ਵਾਲੀ ਗੱਲ ਨਹੀਂ। ਹਜ਼ਾਰਾਂ ਲੋਕ ਆਉਂਦੇ ਨੇ ਤੇ ਹਜ਼ਾਰਾਂ ਲੋਕ ਇੱਥੇ ਫਾਇਦਾ ਲੈ ਕੇ ਜਾਂਦੇ ਨੇ। ਸਾਰੇ ਲੋਕ ਬਿਲਕੁਲ ਠੀਕ ਨੇ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਤਕਲੀਫ ਨਹੀਂ, ਕੋਈ ਮਸਲਾ ਮਸਾਇਲ ਨਹੀਂ। ਜੇ ਜਿਹੜਾ ਬੰਦਾ ਆਉਂਦਾ ਹੋਵੇ ਉਹ ਠੀਕ ਸ਼ਫਾ ਲੈ ਕੇ ਜਾਂਦਾ ਇੱਥੋਂ, ਕਿਸੇ ਨੂੰ ਕੋਈ ਮਸਲਾ ਨਹੀਂ। ਬੀਬੀਆਂ ਭੈਣਾਂ ਸਾਡੀਆਂ ਆਉਂਦੀਆਂ ਨੇ, ਮਾਵਾਂ ਆਉਂਦੀਆਂ ਨੇ, ਭਾਈ ਆਉਂਦੇ ਨੇ, ਸਾਰੇ ਲੋਕ ਹਾਂ ਬਹੁਤ ਵੇਖਿਆ ਜੀ। ਦੁਬਾਰਾ ਹੀ ਅਸੀਂ ਇੱਥੇ ਆਏ ਹਾਂ ਤੇ ਬੜਾ ਮਜ਼ਾ ਆਇਆ ਵੇ ਤੇ ਹਰ ਚੀਜ਼ ਦੀ ਸਹੂਲਤ ਹੈ ਤੇ ਡਾਕਟਰ ਸਾਹਿਬ ਬਹੁਤ ਅੱਛੇ ਆਦਮੀ ਨੇ ਤੇ ਭਾਈ ਹਰੀ ਵੀ ਲੋਕਾਂ ਨੂੰ ਜਿਹੜੀ ਸਰਾਂ ਦੱਸਦੇ ਨੇ ਗੱਲ 100% 1000% ਸੱਚੀ ਹੈ, ਇਮਾਨ ਕੁਰਾਨ ਨਾਲ ਇਹ ਗੱਲ ਕਰ ਵਰਲਡ ਹੁੰਦੇ। ਆਈ ਸਾਹਿਬ ਤੁਸੀਂ ਇੱਥੇ ਪਾਕਿਸਤਾਨੀ ਹੁੰਦੇ ਹੋ ਜਾਂ ਕਿਤੇ ਬਾਹਰ ਹੁੰਦੇ ਹੋ? ਨਹੀਂ ਜੀ, ਮੈਂ ਤਹਿਸੀਲ ਚੱਕ ਝੁੰਮਰਾ ਜ਼ਿਲ੍ਹਾ ਫੈਸਲਾਬਾਦ ਇਫਤਖਾਰ ਦਿਆਲ ਮੇਰਾ ਨਾਂ ਹੈ ਤੇ ਉੱਥੇ ਰਹਿਣ ਵਾਲਾ ਮੈਂ ਜ਼ਿਮੀਂਦਾਰਾ ਕਰਨਾ ਹਾਂ। ਜ਼ਿਮੀਂਦਾਰਾ ਕਰ? ਹਾਂਜੀ, ਜ਼ਿਮੀਂਦਾਰਾ ਕਰਨਾ। ਤਾਂ ਮੈਨੂੰ ਵੀ ਕੋਈ ਪੇਟ ਦੀ ਪ੍ਰੋਬਲਮ ਸੀ, ਉਹ ਫਿਰ ਮੈਂ ਡਾਕਟਰ ਸਾਹਿਬ ਨੂੰ ਆਣ ਕੇ ਐਡ ਵੇਖੀ ਭਾਈ ਰਹਿਣ ਤੇ ਇੱਥੇ ਆਣ ਕੇ ਚੈੱਕ ਕੀਤਾ ਕਰਕੇ ਤੇ ਫਿਰ ਮੈਂ ਡਾਕਟਰ ਸਾਹਿਬ ਨੇ ਮੈਨੂੰ ਟਾਈਮ ਦਿੱਤਾ। ਅੱਜ ਰਾਤੀ ਅਸੀਂ ਆਏ ਹਾਂ ਤੇ ਉਹਨਾਂ ਫਿਰ ਸਾਡਾ ਆਪਰੇਸ਼ਨ ਕਰ ਦਿੱਤਾ ਤਾਂ ਹੁਣ ਸਾਨੂੰ ਛੁੱਟੀ ਮਿਲ ਚੱਲੀ, ਹੁਣ ਅਸੀਂ ਘਰ ਚਲ ਜਾਣਾ। ਅੱਛਾ, ਤੇ ਕਿੰਨਾ ਕੁ ਫਰਕ ਪਿਆ ਤੁਹਾਨੂੰ? ਫਰਕ ਕੀ, ਪੇਟ ਨਾਲ ਹੈ ਕੋਈ ਨਹੀਂ, ਉਹਨਾਂ ਦੇ ਖਤਮ ਹੋ ਗਈ ਯਾਰ ਗੱਲ ਜੀ। ਜੋ ਚਾਹੁੰਦੇ ਸੋ ਹੋ, ਜੋ ਚਾਹੁੰਦੇ ਸਾਂ ਉਹੀ ਹੋ, ਉਸ ਤੋਂ ਸਾਡੀ ਸੋਚ ਤੋਂ ਚੰਗਾ ਕੰਮ ਹੋ ਗਿਆ। ਅਸੀਂ ਡਰਦੇ ਹਾਂ ਕਿ ਆਪਰੇਸ਼ਨ ਕਰਾਇਆ ਔਰ ਕਿੰਨੀ ਕੋਈ ਤਕਲੀਫ ਹੋਏਗੀ ਜਾਂ ਕੋਈ ਮਸਲਾ ਮਸਾਇਲ ਬਣੇਗਾ। ਨਾ ਬੰਦਾ ਬੇਹੋਸ਼ ਹੁੰਦਾ, ਨਾ ਬੰਦੇ ਨੂੰ ਤਕਲੀਫ ਹੁੰਦੀ ਹੈ, ਨਾ ਬੰਦੇ ਨੂੰ ਪਤਾ ਹੀ ਲੱਗਦਾ ਵੇ। ਤੇ ਮੈਂ ਜਿਵੇਂ ਬੰਦਾ ਜਾਗਦਾ ਹੁੰਦਾ ਤੇ ਸਾਹਮਣੇ ਸਾਹਮਣੇ ਸਾਰਾ ਆਪਰੇਸ਼ਨ 2 ਮਿੰਟਾਂ 'ਚ ਕਰਕੇ 2-2.5 ਘੰਟੇ ਲਾਉਂਦੇ ਨੇ ਤੇ ਕਰਕੇ ਆਪਰੇਸ਼ਨ ਤੇ ਫਰਕ ਕਰ ਦਿੰਦੇ ਨੇ ਬੰਦੇ ਨੂੰ। ਤੇ 2 ਘੰਟੇ ਬਾਅਦ ਬੰਦਾ ਉੱਠ ਕੇ ਚੱਲ ਸਕਦਾ, ਪੈਦਲ ਜਾ ਸਕਦਾ। ਰਾਤੀ ਸਾਡੇ ਨਾਲ ਇੱਕ ਬਾਜੀ ਦਾ ਹੋਇਆ, ਉਹਨੇ ਰਾਤੀ ਕਰਾਇਆ ਤੇ ਰਾਤੀ 3 ਵਜੇ ਵਾਪਸ ਚਲੇ ਗਈ ਆਪਣੇ ਘਰ। ਅੱਲਾਹ ਪਾਕ ਉਹਨੂੰ ਆਪਣੇ ਘਰ ਤੰਦਰੁਸਤੀ ਤੋਂ ਬਿਲਕੁਲ ਠੀਕ ਹੋ ਕੇ ਚਲੇ ਗਈ ਤੇ ਦੁਆਵਾਂ ਦਿੰਦੀ ਗਈ। ਅਸੀਂ ਵੀ ਡਾਕਟਰ ਸਾਹਿਬ ਨੂੰ ਦੁਆਵਾਂ ਦਿੰਦੇ ਹਾਂ, ਇਸ ਭਰਾ ਨੂੰ ਦੁਆਵਾਂ ਦਿੰਦੇ, ਇਹਨੂੰ ਵੇਖ ਕੇ ਅਸੀਂ ਵੀ ਆ ਗਏ ਸਾਂ। ਪੇਟ ਦਾ ਬੜਾ ਮਸਲਾ ਸੀ ਤੇ ਅੱਲਾਹ ਪਾਕ ਨੇ ਮਿਹਰਬਾਨੀ ਕੀਤੀ ਤੇ ਬਿਲਕੁਲ ਠੀਕ ਹੋ ਗਿਆ। ਠੀਕ ਹੈ ਤੇ ਮਾਸ਼ਾਅੱਲਾ ਤੁਸੀਂ ਹੁਣ ਖਾਣ ਪੀਣ ਦਾ ਤੁਹਾਨੂੰ ਨਾ ਗਿਆ? ਸਵੇਰੇ ਨਾਸ਼ਤਾ ਕੀਤਾ, ਚਾਹ ਪੀਤੀ ਹੈ, ਖਾਣ ਪਾਣੀ ਪੀਤਾ, ਸਾਰਾ ਕੁਝ ਖਾਣ ਪੀਣ ਉਹਨਾਂ ਕਾ ਜੋ ਮਰਜ਼ੀ ਖਾਓ, ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਗੱਲ। ਵੈਲ ਡਨ, ਮਾਸ਼ਾਅੱਲਾ। ਤੇ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹੋਗੇ? ਜਿਹੜੇ ਹੁਣ ਲੋਕ ਆਉਣਾ ਚਾਹੁੰਦੇ ਉਹ ਬੇਖੌਫ ਆਉਣਾ ਚਾਹੇ, ਉਹਨਾਂ ਜਿਹਨਾਂ ਨੂੰ ਜ਼ਰੂਰਤ ਹੈ ਲਾਜ਼ਮੀ ਆਉਣਾ ਚਾਹੀਦਾ। ਹਰ ਬੰਦੇ ਨੂੰ ਆਉਣਾ ਜਿਹੜਾ ਇਸ ਮਰਜ਼ ਦਾ ਮਰੀਜ਼ ਦੇ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਹੈ। ਜਾਂ ਲੋਕ ਆਪਣਾ ਇਲਾਜ ਕਰਾਉਣ। ਡਾਕਟਰ ਸਾਹਿਬ ਭਾਈ ਨਾਲ ਜਿਹੜੀ ਗੱਲ ਕੀਤੀ ਹੈ ਇਹ ਮੈਂ ਕੋਈ ਲਾਲਚ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮੈਂ ਆਪ ਕਰਾ ਕੇ ਤੁਹਾਡੇ ਸਾਹਮਣੇ ਬੈਠਾ ਹਾਂ। ਇਮਾਨ ਕੁਰਾਨ ਨਾਲ ਸੱਚੀ ਗੱਲ, ਇਸ ਗੱਲ 'ਚ ਕੋਈ ਝੂਠ ਵਾਲੀ ਗੱਲ ਨਹੀਂ। ਠੀਕ ਹੈ। ਅੱਛਾ, ਲੋਕ ਮੈਨੂੰ ਕਹਿੰਦੇ ਤੁਹਾਡਾ ਵੀ ਹੋਣਾ ਚਾਹੀਦਾ, ਕੋਈ ਹੈ ਹੁਣ ਵਾਲਾ ਤੁਹਾਡੇ ਸਾਹਮਣੇ ਬੈਠਾ? ਨਹੀਂ, ਇਹ ਭਾਈ ਰਹਿੰਦੇ ਅਜੇ ਨਹੀਂ, ਤੂੰ ਉਂਝ ਕੋਈ ਹੋਰ ਸਾਲ ਲੱਗ ਗਿਆ ਤੇ ਫਿਰ ਕਰਵਾ ਲੈਣਗੇ, ਅਜੇ ਫਿਰ ਵਕਤ ਕੰਮ ਠੀਕ ਇਹਨਾਂ ਦਾ, ਅਜੇ ਏਡਾ ਨਹੀਂ ਇਹਨਾਂ ਦਾ ਹੋਇਆ। ਸਾਡੇ ਕੋਲ ਹੀ ਮੇਰੇ ਨਾਲ ਬੈਠੇ ਨੇ ਤੇ ਅਜੇ ਬਿਲਕੁਲ ਇਹਨਾਂ ਦਾ ਨਾਰਮਲ ਹੈ, ਠੀਕ ਕੰਮ। ਸਾਡਾ ਜਿਹੜਾ ਹੀ ਖਰਾਬ ਹੋ ਗਿਆ ਸੀ ਜਿਹਦੀ ਵਜ੍ਹਾ ਤੁਸੀਂ ਕਰਵਾਇਆ, ਤੇ ਭਾਈ ਰਹੀ ਅਜੇ ਕੋਈ ਸਾਲ 2 ਕੱਢ ਲੈਣਗੇ, ਕਰਵਾ ਲੈਣਗੇ ਆਪ ਹੀ ਡਾਕਟਰ ਉਹਨਾਂ ਦੇ ਕੋਲ। ਮੈਂ ਤੁਹਾਨੂੰ ਦੱਸਦਾ, ਮੈਂ ਜਨਾਬ ਜਿਹਨੇ ਮੈਨੂੰ 30 ਸਾਲ ਪਹਿਲਾਂ ਦੇਖਿਆ ਨਾ, ਉਹਨੇ ਮੈਨੂੰ ਇੰਜ ਹੀ ਦੇਖਿਆ। ਜਿਹਨੇ 20 ਪਹਿਲਾਂ ਦੇਖਿਆ ਉਹਨੇ ਵੀ ਇੰਜ ਹੀ, ਔਰ ਜਿਹਨੇ 10 ਸਾਲ ਪਹਿਲਾਂ ਵੇਖਿਆ ਔਰ ਤੁਸੀਂ 10 ਸਾਲ ਬਾਅਦ ਵੀ ਮੈਨੂੰ ਦੇਖੋਗੇ ਇੰਜ ਹੀ ਦੇਖੋਗੇ। ਇਹ ਨਹੀਂ ਗੱਲ ਭਾਈ, ਜਿਹਨੇ ਅੱਲਾਹ ਤਾਲਾ ਤੰਦਰੁਸਤੀ ਦੇਵੇ, ਬੰਦਾ ਚੱਲਦਾ ਫਿਰਦਾ ਰਹੇ ਨਾ, ਅੱਲਾਹ ਖੈਰ ਕਰ ਦੇਵੇ। ਹਾਂਜੀ, ਮੈਂ ਵੀ ਭਲਵਾਨ ਬੰਦਾ, ਬਿਲਕੁਲ ਫਿੱਟ ਫਾਟ ਸਾ, ਕੋਈ ਮਸਲਾ ਮਸਾਇਲ ਨਹੀਂ ਸੀ। ਮੇਰਾ ਪੇਟ ਤੁਹਾਡਾ ਵੱਡਾ, ਮੇਰਾ ਤੁਹਾਡਾ ਵੀ ਛੋਟਾ ਸੀ। ਅੱਛਾ, ਠੀਕ ਹੈ। ਮੈਨੂੰ ਸੱਟ ਲੱਗ ਗਈ ਗੋਡੇ ਨਾਲ, ਗੋਡੇ ਸੱਟ ਲੱਗਣ ਨਾਲ ਮੈਂ 3-4 ਮਹੀਨੇ ਮੰਜੀ 'ਤੇ ਪਿਆ ਰਿਹਾ ਵਾਂ, ਟੁਰਿਆ ਨਹੀਂ ਗਿਆ। ਉਹ ਖਾਂਦਾ ਰਿਹਾ, ਉਹਦੇ ਨਾਲ ਹੀ ਪੇਟ ਵੱਧ ਗਿਆ। ਫਿਰ ਬਹੁਤ ਕੁਝ ਕੋਸ਼ਿਸ਼ ਕੀਤੀ ਹੈ, ਲੇਕਿਨ ਪੇਟ ਜਿਹੜਾ ਠੀਕ ਰਿਹਾ, ਆਪਣਾ ਤਰਿਆ ਨਿਜ਼ਾਮ 'ਤੇ ਨਹੀਂ ਸਹੀ ਹੋਇਆ। ਅਤੇ ਖਾੜੇ ਘੁਲਦੇ ਸੋ? ਨਹੀਂ, ਉਸ ਤਰ੍ਹਾਂ ਆਪਣੇ ਵੱਡੀ ਛੱਡੀ ਖੇਡਦੇ। ਅੱਛਾ, ਠੀਕ ਹੈ ਜੀ, ਮਤਲਬ ਸਪੋਰਟਸਮੈਨ ਸੋ? ਹਾਂਜੀ ਜੀ, ਠੀਕ ਹੈ। ਤੇ ਉਹ ਸਿਰਫ ਗੋਡੇ ਸੱਟ ਲੱਗਣ ਨਾਲ ਮੇਰਾ ਵੀ ਪੇਟ 3-4 ਮਹੀਨੇ ਰਿਹਾ, ਤੇ ਹੁਣ ਵੀ ਨਾ ਉਹ ਫਿਰ ਪੈਦਲ ਜ਼ਿਆਦਾ ਚੱਲਿਆ ਨਹੀਂ ਜਾਂਦਾ, ਤੇ ਬਹੁਤਾ ਚੱਲਦਾ ਹੁੰਦਾ, ਫਿਰ ਉਹ ਸਾਹ ਚੜ੍ਹਨਾ ਪਿਆ। ਉਹ ਡਾਕਟਰ ਸਾਹਿਬ ਆਖਿਆ ਵੀ ਇਹ ਸਾਹ ਦਾ ਮਸਲਾ, ਹੁਣ ਪੇਟ ਦਾ ਹੀ ਮਸਲਾ ਤੁਹਾਡਾ ਸਾਰਾ ਬਣ ਗਿਆ, ਕੋਈ ਨਾਲ ਕੋ ਹਰਨੀਆਂ ਦਾ ਮਸਲਾ ਸੀ, ਉਹ ਵੀ ਡਾਕਟਰ ਸਾਹਿਬ ਸਾਫ਼ ਕਰਤਾ, ਸਾਰਾ ਮਾਮਲਾ ਮੁੱਕ ਗਿਆ ਜੀ। ਮਾਸ਼ਾਅੱਲਾ। ਲਓ ਜੀ, ਅੱਲਾਹ ਤਾਲਾ ਤੁਹਾਨੂੰ ਹਾਈ ਸਾਹਿਬ ਸਿਹਤ ਔਰ ਤੰਦਰੁਸਤੀ ਦੇਵੇ। ਅਸੀਂ ਤੁਹਾਡੇ ਲਈ ਦੁਆ ਕਰਾਂਗੇ।
ਆਮੀਨ ਜੀ ਆਮੀਨ ਆਮੀਨ ਜਨਾਬ ਬਹੁਤ ਮਿਹਰਬਾਨੀ ਜੀ ਤੁਸੀਂ ਆਏ ਹੋ ਆਪਣਾ ਟਾਈਮ ਕੱਢਿਆ ਜੇ ਤੇ ਡਾਕਟਰ ਸਾਹਿਬ ਦੀ ਜਿੰਨੀ ਪਬਲਿਸਿਟੀ ਹੋ ਸਕਦੀ ਹੈ ਕਰਨੀ ਚਾਹੀਦੀ ਹੈ ਅੱਛੇ ਇਨਸਾਨ ਨੇ ਤੇ ਅੱਛੇ ਬੰਦੇ ਨੇ ਜਿੰਨੀ ਪਬਲਿਸਿਟੀ ਹੋ ਕਰੋ ਅਗਰ ਸਾਡੇ ਫੈਸਲਾਬਾਦ ਦੇ ਲੋਕ ਬਹੁਤ ਮੋਟੇ ਨੇ ਉਹਨਾਂ ਮੇਰਿਆਂ ਨੂੰ ਵੇਖ ਕੇ ਹੁਣ ਬਹੁਤ ਹਜ਼ਾਰਾਂ ਬੰਦੇ ਇੱਥੇ ਆ ਜਾਣੇ ਨੇ ਚਲੋ ਇਨਸ਼ਾਅੱਲਾ ਬਾਹਰੋਂ ਮੁੰਡਾ ਇੱਕ ਆਇਆ ਸਾਡਾ ਉਹ ਬਾਹਰ ਦੇ ਮੁਲਕ ਵੀ ਇੱਥੋਂ ਆਣ ਕੇ ਕਰਵਾਉਂਦੇ ਨੇ ਇਲਾਜ ਬਾਹਰ ਦੇ ਮੁਲਕ ਆ ਸਾਡੇ ਸਾਹਮਣੇ ਅੱਖਾਂ ਦੇ ਚਾਰ ਪੰਜ ਬੰਦਿਆਂ ਨੇ ਜਿਹੜੇ ਬਾਹਰੋਂ ਆਣ ਕੇ ਉਹਨਾਂ ਇਲਾਜ ਇੱਥੋਂ ਕਰਵਾਇਆ ਵੇ ਕੈਨੇਡਾ ਤੋਂ ਅਮਰੀਕਾ ਜੋ ਲੋਕੀ ਆਣ ਕੇ ਦਾ ਇਲਾਜ ਡਾਕਟਰ ਸਾਹਿਬ ਕੋ ਇੱਥੇ ਕਰਵਾਉਣ ਡੇ ਡਾਕਟਰ ਸਾਹਿਬ ਦਾ ਹੱਥ 'ਚ ਬੜੀ ਸ਼ਫਾ ਹੈ ਅੱਲਾ ਪਾਕ ਮਿਹਰਬਾਨੀ ਕਰਦਾ ਤਾਂ ਦੋ ਤਿੰਨ ਘੰਟੇ ਦਾ ਆਪਰੇਸ਼ਨ ਹੈ ਦੋ ਤਿੰਨ ਘੰਟੇ ਰੱਖ ਕੇ ਤੇ ਉਸ ਤੋਂ ਬਾਅਦ ਉਹਨੇ ਟੋਰ ਦੇਣੇ ਜਾਓ ਮੌਜ ਕਰੋ ਆਪਣੇ ਘਰ ਆਪਣੇ ਐਸ਼ ਕਰੋ ਲਓ ਜੀ ਨਾਜ਼ਰੀਨ ਹਜੀਬ ਤਹਾਰ ਸਾਹਿਬ ਦੇ ਜਨਾਬ ਤੁਸੀਂ ਗੱਲਬਾਤ ਸੁਣੀ ਇਹਦੇ ਨਾਲ ਹੀ ਮੈਂ ਚਾਹਾਂਗਾ ਤੁਹਾਡੇ ਕੋਲੋਂ ਇਜਾਜ਼ਤ ਬਾਕੀ ਤੁਸੀਂ ਆ ਕੇ ਸਾਰਾ ਮਾਮਲਾ ਇੱਥੇ ਆਪ ਦੇਖ ਸਕਦੇ ਹੋ ਅਤੇ ਇਨਸ਼ਾਅੱਲਾ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਕਿਸੇ ਨਵੀਂ ਵੀਡੀਓ ਨਾਲ ਉਦੋਂ ਤੱਕ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ